ਯੂਕਰੇਨ 'ਚ ਜੰਗ ਦੇ 6 ਮਹੀਨੇ। ਇਸ ਜੰਗ ਕਾਰਨ ਘੱਟੋ ਘੱਟ 13,000 ਮੌਤਾਂ ਹੋਈਆਂ ਨੇ। ਹਾਲਾਂਕਿ ਕੁਝ ਮਾਹਰ ਮੰਨਦੇ ਨੇ ਕਿ ਇਹ ਅੰਕੜਾ ਇਸ ਤੋਂ ਵੱਧ ਹੈ। ਯੂਕਰੇਨ ਨੇ ਮਾਰੇ ਗਏ ਫੌਜੀਆਂ ਦੀ ਅਧਿਕਾਰਤ ਗਿਣਤੀ ਵੀ ਨਹੀਂ ਦੱਸੀ ਹੈ। ਜੰਗ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਘੱਟੋ ਘੱਟ 1,20,00,000 ਲੋਕਾਂ ਨੇ ਘਰ ਛੱਡੇ ਨੇ। ਹਾਲਾਂਕਿ ਹਜ਼ਾਰਾਂ ਲੋਕ ਕੀਵ ਵਰਗੇ ਸ਼ਹਿਰਾਂ 'ਚ ਵਾਪਸੀ ਵੀ ਕਰ ਚੁੱਕੇ ਨੇ। ਰੂਸ ਦਾ ਹਮਲਾ। ਕਈ ਹਫ਼ਤਿਆਂ ਦੇ ਇਨਕਾਰ ਤੋਂ ਬਾਅਦ ਰੂਸ ਨੇ ਯੂਕਰੇਨ ਉੱਤੇ ਵੱਡੇ ਪੈਮਾਨੇ 'ਤੇ ਫੌਜੀ ਹਮਲੇ ਦੀ ਸ਼ੁਰੂਆਤ ਕੀਤੀ। Захищаємо нашу незалежність, нашу державу. І так буде і далі. Слава нашим захисникам, слава нашим захисницям. Слава Україні! Русі фоджа Юкрейнді Раджтані Ківвал Вадіян. Actually, at 3 a.m. London time, I would find out that actually my home is bombed. And you're talking about that actual building? Yeah, and this actual building is my home. ਯੂਕਰੇਨ ਨੇ ਟਾਕਰਾ ਕੀਤਾ ਤੇ ਰੂਸੀ ਫੌਜਾਂ ਨੂੰ ਕੀਵ ਤੋਂ ਪਿੱਛੇ ਹਟਣਾ ਪਿਆ। ਮਰੀਪੋਲ ਸ਼ਹਿਰ ਦਾ 90% ਹਿੱਸਾ ਤਬਾਹ ਹੋ ਗਿਆ। ਹੋਰ ਵੀ ਕਈ ਸ਼ਹਿਰੀ ਇਲਾਕੇ ਬੁਰੀ ਤਰ੍ਹਾਂ ਹਮਲੇ ਦਾ ਸ਼ਿਕਾਰ ਹੋਏ। ਹੁਣ ਹਮਲੇ ਦੇ ਜਵਾਬ ਦੀ ਗੱਲ। ਪੱਛਮੀ ਮੁਲਕਾਂ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਦਾ ਵਾਅਦਾ ਕੀਤਾ, ਪਰ ਸਿੱਧੇ ਤੌਰ ਤੇ ਫੌਜੀ ਆਪਰੇਸ਼ਨ 'ਚ ਸ਼ਮੂਲੀਅਤ ਤੋਂ ਨਾ ਕਹਿ ਦਿੱਤੀ। ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨੇ ਰੂਸ ਦੀ ਆਰਥਿਕਤਾ ਨੂੰ ਹਿਲਾ ਦਿੱਤਾ। ਰੂਸੀ ਧਨਾਡਾ ਦੀਆਂ ਜਾਇਦਾਦਾਂ, ਯਾਟ ਅਤੇ ਘਰ ਜ਼ਬਤ ਕਰ ਲਏ ਗਏ। ਯੂਕਰੇਨ ਦੇ ਪੂਰਬ ਅਤੇ ਦੱਖਣ 'ਚ ਮੁੜ ਹਮਲਾ। ਯੂਕਰੇਨੀ ਲੜਾਕਿਆਂ ਦੇ ਹਟਣ ਨਾਲ ਸਟੀਲ ਪਲਾਂਟ ਕਬਜ਼ੇ ਵਿੱਚ ਆ ਗਿਆ ਅਤੇ ਮਹੀਨਿਆਂ ਦੀ ਲੜਾਈ ਤੋਂ ਬਾਅਦ ਮਰੀਪੋਲ ਰੂਸ ਹੱਥੋਂ ਮਾਤ ਖਾ ਗਿਆ। ਪੂਰਬ ਵਾਲੇ ਪਾਸਿਓਂ ਕ੍ਰਾਈਮੀਆ ਉੱਤੇ ਰੂਸ ਦਾ ਕਬਜ਼ਾ ਹੈ। ਰੂਸ ਨੂੰ ਡੋਨਬਾਸ ਖੇਤਰ ਵਿੱਚ ਸੀਮਤ ਲਾਹਾ ਮਿਲ ਸਕਿਆ, ਜਿੱਥੇ ਹਮਲੇ ਤੋਂ ਪਹਿਲਾਂ ਰੂਸ ਪੱਖੀ ਵੱਖਵਾਦੀਆਂ ਨੇ ਮਹੱਤਵਪੂਰਨ ਖੇਤਰ ਉੱਤੇ ਕਬਜ਼ਾ ਕੀਤਾ ਹੋਇਆ। ਰੂਸੀ ਫੌਜਾਂ ਹੁਣ ਸਾਰੇ ਲੁਹਾਨਸਕ ਖੇਤਰ ਨੂੰ ਕੰਟਰੋਲ ਕਰ ਰਹੀਆਂ ਨੇ ਅਤੇ ਡੋਨੇਟਸਕ ਖੇਤਰ 'ਚ ਕਾਰਵਾਈ ਜਾਰੀ ਰੱਖ ਰਹੀਆਂ ਨੇ। ਪਰ ਯੂਕਰੇਨ ਨੇ ਰੂਸ ਦੇ ਦੂਜੇ ਹਮਲੇ ਖਿਲਾਫ ਜਵਾਬੀ ਹਮਲਾ ਕੀਤਾ। ਮੋਸਕੋਵਾ ਜੰਗੀ ਬੇੜੇ ਨੂੰ ਡੋਬਣਾ ਅਤੇ ਲੰਬੀ ਦੂਰੀ ਦੇ ਹਮਲਿਆਂ ਨਾਲ ਕ੍ਰਾਈਮੀਆ 'ਤੇ ਵਾਰ ਕਰਨਾ। ਆਲਮੀ ਪੱਧਰ ਉੱਤੇ ਖਾਣ ਅਤੇ ਤੇਲ ਦੀਆਂ ਕੀਮਤਾਂ 'ਤੇ ਅਸਰ। ਰੂਸ ਅਤੇ ਯੂਕਰੇਨ ਦੁਨੀਆ ਦੇ ਸਭ ਤੋਂ ਵੱਡੇ ਤੇਲ, ਗੈਸ ਅਤੇ ਕਣਕ ਦੇ ਸਪਲਾਇਰ ਨੇ। ਜੰਗ ਨੇ ਸਪਲਾਈ ਚੇਨ 'ਤੇ ਵੀ ਅਸਰ ਪਾਇਆ ਅਤੇ ਕੀਮਤਾਂ 'ਚ ਵਾਧਾ ਹੋਇਆ, ਜਿਸ ਦਾ ਅਸਰ ਪੂਰੀ ਦੁਨੀਆ ਦੀ ਆਰਥਿਕਤਾ 'ਤੇ ਦਿਖਿਆ। ਰੂਸ ਨਾਲ ਇੱਕ ਸਮਝੌਤੇ ਤੋਂ ਬਾਅਦ ਕੁਝ ਸਮੁੰਦਰੀ ਜਹਾਜ਼ਾਂ ਨੂੰ ਅਨਾਜ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ। ਪਰ ਜੰਗ ਦੇ 6 ਮਹੀਨਿਆਂ ਬਾਅਦ ਵੀ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਨੂੰ ਲੈ ਕੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।